ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਐਰੀਕਾਜ਼ ਅਮੇਜ਼ਿੰਗ ਵਰਡ ਤੋ ਅੱਜ ਹੈਗਾ ਗੁਰਪੁਰਬ ਤੋ ਸਾਰਿਆਂ ਨੂੰ ਮੇਰੀ ਤਰਫੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਪ੍ਰਭਾਤ ਫੇਰੇ ਦਾ लास्ट ਦਿਨ ਸੀ ਤੋ ਸਸਵੇਰੇ ਚਲੇ ਗਈ ਸੀ ਛੁੱਟੀ ਸੀਗੀ ਤੋ ਜਦੋਂ ਛੁੱਟੀ ਹੁੰਦੀ ਤਾਂ ਫਿਰ ਪ੍ਰਭਾਤ ਫੇਰੇ ਤੇ ਜ਼ਿਆਦਾ ਕਿਉਂਕਿ ਉਦਾਂ ਤਾਂ ਮਤਲਬ ਬੱਚਿਆਂ ਦਾ ਸਕੂਲ ਦਾ ਟਾਈਮ ਹੋ ਜਾਂਦਾ ਤੋ ਹੁਣੇ ਹੁਣੇ ਹੀ ਆਈ ਸੀ ਬਲੋ ਮੈਂ ਪ੍ਰਭਾਤ ਵੇਲੇ ਬਣਾਣਾ ਸੀ ਲੋਗ ਬਟ ਇੰਨਾ ਟਾਈਮ ਨਹੀਂ ਸੀਗਾ ਫਿਰ ਅਸੀਂ ਸਿਰੇ ਸਿਰੇ ਚਲੇ ਗਏ ਫਿਰ ਨਾ ਅਰਦਾਸ ਅਰਦਾਸ ਵੀ ਘਰ ਆਣੀ ਸੀ ਕਰੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਅੱਜ ਮੇਰੇ ਘਰ ਬਾਬਾ ਜੀ ਦੀ ਅਰਦਾਸ ਕਰਾਈ ਗਈ ਬਟ ਮੈਂ ਉਹੋ ਗੱਲ ਹੈ ਕਿ ਵੀਡੀਓ ਮਤਲਬ ਆਪਣੇ ਘਰੇ ਉਹ ਤਾਂ ਬਣਾ ਵੀ ਨਹੀਂ ਸਕਦਾ ਤੇ ਇਦਾਂ ਦੀ ਚੀਜ਼ਾਂ ਦੀ ਵੀਡੀਓ ਵੀ ਕੀ ਪਾਣੀ ਤਾਂ ਮਤਲਬ ਬਣਾਣੀ ਸੀ ਬਟ ਮੈਂ ਮਤਲਬ ਸਮਾਂ ਨਹੀਂ ਸੀਗਾ ਤਾਂ ਅਚਾਨਕ ਹੀ ਪ੍ਰੋਗਰਾਮ ਬਣ ਗਿਆ ਸੀ ਕਿ ਉੱਪਰ ਆਏ ਸੀ ਤੇ ਉਨਾ ਪ੍ਰਭਾਤ ਫੇਰੀ ਉਹ ਪ੍ਰਭਾਤ ਫੇਰੀ ਕਰਾਈ ਤਾਂ ਫਿਰ ਮੈਂ ਖਚਲ ਮੈਂ ਵੀ ਅਰਦਾਸ ਕਰਾਲਾ ਤੇ ਮਨ ਬੜਾ ਖੁਸ਼ ਹੋਇਆ ਬਹੁਤ ਖੁਸ਼ ਹੋਇਆ ਬਹੁਤ ਖੁਸ਼ ਤੇ ਮਤਲਬ ਸੋਚ ਵੀ ਨਹੀਂ ਸਕਿਆ ਸੀ ਕਿ ਉਹਨਾਂ ਮੈਨੂੰ ਪਤਾ ਨਹੀਂ ਸੀ ਕਿ ਉਹਨਾਂ ਪ੍ਰਭਾਤ ਫੇਰੀ ਕਰਾਣੀ ਹੈ ਫਿਰ ਅਚਾਨਕ ਹੀ ਅਚਾਨਕ ਅਚਾਨਕ ਹੀ ਫਿਰ ਫਟਾਫਟ ਜੀ ਅਰਦਾਸ ਹੋ ਗਈ ਫਿਰ ਇਨੇ ਟਾਈਮ ਨਹੀਂ ਲੱਗਿਆ ਲੋਪ ਲੋਪ ਬਣਾਉਣ ਦਾ ਤੇ ਤੇ ਅੱਜ ਮੇਰਾ ਬੜਾ ਮਨ ਖੁਸ਼ ਧੀ ਮੈਂ ਚੰਦੀ ਇੱਕ ਸ਼ਮਦੇ ਮਤਲਬ ਮੈਂ ਆਂਦਾ ਮੈਨੂੰ ਮੈਂ ਬਾਬਾ ਜੀ ਦੇ ਬਰਥ ਦੇ ਤੇ ਮੈਂ ਪਤਾ ਕਿ ਫੋਟ ਲਾਉ ਬਰਥ ਦੇ ਤੇ ਪੜਨਾ ਚਾਹਵਾਂਗੀ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਸ਼ਬਦ ਕਿਦਾਂ ਦਾ ਲੱਗਿਆ ਸਤਿਗੁਰੂ ਮੇਰੇ ਕਲਮ ਅੱਤੇ ਤੇਰੇ ਗਾਇਜ਼ ਆਪ ਕਮੈਂਟ ਕਰਨਾ ਲਿਖ ਲਿਖ ਦੇ ਗਾਇਜ਼ ਆਪ ਕਮੈਂਟ ਕਰਨਾ ਕਿ ਇਹ ਨਾ ਮੰਮੀ ਕਿ ਐਸੇ ਸ਼ਬਦ ਗਾਤੀ ਹੈ ਸਤਿਗੁਰੂ ਮੇਰੇ ਲਿਖ ਲਿਖ ਦੇ ਹੋਈ ਮੈਂ ਵਾਰੀ 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 ਜਾਮਾ ਹੋਈ ਵਾਰੀ ਵਾਰੀ ਜਾਮਾ ਕੇ ਸੁਣੀ ਸੁਣੀ ਲੇਖ ਲਿਖ ਦੇ ਹੱਥਾਂ ਤੇ ਲਿਖ ਦੇ ਗੁਰੂਆਂ ਦੀ ਸੇਵਾ ਹੱਥਾਂ ਤੇ ਲਿਖ ਦੇ ਗੁਰੂਆਂ ਦੀ ਸੇਵਾ ਗੁਰੂਆਂ ਦੀ ਸੇਵਾ ਸੰਤਾਂ ਦੀ ਸੇਵਾ ਸੇਵਾ ਕਰਕੇ सतगुर मेरे कलम में हाथ तेरे के सोने सोने लेख लिख दे पैर लिख दे सत्संग जाना पैर लिख दे सत्संग जाना सत्संग जाके कदे भी ना थका कदे भी ना ਰਿਛਨ ਕਰਕੇ ਕਦੇ ਵੀ ਨਾ ਥੱਕਾ ਕਦੇ ਵੀ ਨਾ ਕਾ ਕੇ ਸੁਣੇ ਸੁਣੇ ਲੇਖ ਲੇਖ ਦੇ ਸਤਿਗੁਰ ਮੇਰੇ ਕਲਮੇ ਹੱਥ ਤੇਰੇ ਕੇ ਸੁਣੇ ਸੁਣੇ ਲੇਖ ਲੇਖ ਦੇ ਸ਼્વાસਾਂ ਤੇ ਲਿਖ ਦੇ ਨਾਮ ਗੁਰਾਂ ਦਾ ਸ਼્વાસਾਂ ਤੇ ਸਤ ਗੁਰ ਮੇਰੇ ਕਲਮੇ ਹੱਥ ਤੇਰੇ ਕੇ ਸੋਨੇ ਸੁਨੇ ਲੇਖ ਲਿਖ ਦੇ ਕਦੇ ਨਾ ਦੇਈ ਮੈਨੂੰ ਗੁਰਦਮ ਛੋੜਾ ਕਦੇ ਨਾ ਦੇਈ ਮੈਨੂੰ ਗੁਰਦਮ ਛੋੜਾ ਵਿਛੋੜਾ ਸਹ ਨਾ ਜਾਏ ਮੈਂ ਤੋਰਾ ਨਾ ਜਾਏ ਕੇ ਸੋਨੇ ਸੁਨੇ ਲੇਖ ਲਿਖ ਦੇ ਸਤ ਗੁਰੂ ਮੇਰੇ ਕਲਮੇ ਹੱਥ ਤੇਰੇ ਕੇ ਸੋਨੇ ਸੁਣੀ ਲੇਖ ਲਿਖ ਦੇ ਹੋਏ ਮੇ ਵਾਰੀ 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 ਜਾਮਾ ਹੋਏ ਵਾਰੀ ਵਾਰੀ ਜਾਮਾ ਕੇ ਸੋਨੇ ਸੁਣੀ ਲੇਖ ਲਿਖ ਦੇ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਗੁਰਪੁਰਬ ਦੀ বারবার बधाइयां लाख लाख बधाइयां ਤੇ ਅੱਜ ਬਸ ਵੀ ਗੁਰੂ ਨਗਰ ਕੀਰਤਨ ਵੀ ਹੈਗਾ ਤੇ ਗੁਰਦੁਆਰੇ ਚ ਵੀ ਜਾਣਾ ਹੈ ਤਾਂ ਅੱਜ ਮੇਰਾ ਕੋਈ ਮੰਨੀ ਕੋਈ ਰील ਬਣਾਣ ਦਾ ਕੋਈ ਕੁਝ ਵੀ ਨਹੀਂ ਤੇ ਅੱਜ ਸਿਰਫ ਬਾਬਾ ਜੀ ਦੇ ਮੱਲਾ ਬਾਬਾ ਜੀ ਤੇ ਬਾਬਾ ਜੀ ਦੀ ਜੋ ਵੀ ਵੀਡੀਓ ਬਣਨਗੀ ਆ ਫਿਰ ਬਾਬਾ ਜੀ ਦੀ ਬਣਨਗੀ ਆ ਤੇ ਮੱਲਾ ਅੱਜ ਬਹੁਤ ਅੱਛਾ ਦਿਨ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਮੇਰੀ ਤਰਫੋਂ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਅਦਾਈ ਸਾਰੇ ਆਪਣਾ ਗੁਰਗਰਦੀ ਸੇਵਨਲ ਬਣੇ ਰਹੋ ਤੇ ਅਰਦਾਸਾ ਕਰਦੇ ਰਹੋ ਤੇ ਮੇਰੇ ਮੇਰੇ ਚੈਨਲ ਨੂੰ ਅਦਾਇ ਸਪੋਰਟ ਕਰਦੇ ਰਹੋ ਤੇ 25k ਤੇ ਬਾਪਾ ਜੀ ਨੇ ਤੇ થોੜੇ ਸੇ ਤੁਹਾਡੇ ਸਪੋਰਟ ਨੇ ਮੈਨੂੰ ਪਛਾਣ ਦਿੱਤਾ ਤਾਂ ਸਾਰਿਆਂ ਦਾ ਮੇਰੀ ਤਰਫੋਂ ਮਤਲਬ ਬਹੁਤ ਬਹੁਤ ਧੰਨਵਾਦ ਤਾਂ बस लास्ट चीज ये करना चाहूंगी हैप्पी गुरुपर्व